ਹਾਲਾਤਾਂ ਤੋਂ ਮਜਬੂਰ ਹੋਇਆ ਇਨਸਾਨ ਆਪਣਾ ਘਰ ਚਲਾਉਣ ਲਈ ਕੀ ਕੀ ਤਰਲੇ ਕਰਦਾ ਹੈ, ਇਹ ਵੇਖਣ ਨੂੰ ਮਿਲਿਆ ਜਲੰਧਰ ਦੇ ਨਹਿਰੂ ਗਾਰਡਨ ਚੌਂਕ ਵਿੱਚ, ਜਿੱਥੇ ਬੈਠੇ ਦੋ ਬੱਚੇ ਮੋਮਬੱਤੀਆਂ ਵੇਚਣ ਲਈ ਗਾਹਕਾਂ ਦਾ ਇੰਤਜ਼ਾਰ ਕਰਦੇ ਹਨ। ਇਹ ਬੱਚੇ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹਨ, ਪਰ ਘਰ ਦੀ ਗਰੀਬੀ ਕਾਰਨ ਬੱਚੇ ਮੋਮਬੱਤੀਆਂ ਵੇਚਣ ਨੂੰ ਮਜਬੂਰ ਹਨ। ਉਂਝ ਤਾਂ ਇਹਨਾਂ ਦੇ ਪਿਤਾ ਟੇਲਰ ਮਾਸਟਰੀ ਦਾ ਕੰਮ ਕਰਦੇ ਹਨ, ਪਰ ਬਿਮਾਰ ਰਹਿਣ ਕਾਰਨ ਉਹਨਾਂ ਕੋਲ ਕੋਈ ਖਾਸ ਕੰਮ ਨਹੀਂ ਹੈ ਅਤੇ ਮਾਂ ਘਰ ਦੇ ਕੰਮਕਾਜ ਵੇਖਦੀ ਹੈ। ਇਹਨਾਂ ਬੱਚਿਆਂ ਨੇ ਹੀ ਦੱਸਿਆ ਕਿ NGO ਨੇ ਇਹਨਾਂ ਬੱਚਿਆਂ ਦੀ ਮਿਹਨਤ ਵੇਖ ਕੇ ਇਹਨਾਂ ਦੀ ਐਡਮਿਸ਼ਨ ਸਕੂਲ ਵਿੱਚ ਕਰਾਈ ਸੀ, ਜਿਸ ਦਾ ਸਬੂਤ ਇਹ ਸਰਟੀਫਿਕੇਟ ਨੇ ਜਿਨ੍ਹਾਂ ਵਿੱਚ ਬੱਚਿਆਂ ਨੇ ਟੌਪ ਕੀਤਾ ਹੈ। ਇਹਨਾਂ ਬੱਚਿਆਂ ਬਾਰੇ ਹੁਣ ਜੋ ਕੋਈ ਵੀ ਸੁਣਦਾ ਹੈ ਉਹ ਇਹਨਾਂ ਕੋਲੋਂ ਆ ਕੇ ਹੀ ਸਮਾਨ ਲੈਣਾ ਪਸੰਦ ਕਰਦਾ ਹੈ। ਮੇਰਾ ਨਾਮ ਮਨਜ਼ਰ ਅਲੀ ਹੈ। ਮੈਂ ਕਮ ਸੇ ਕਮ 3-4 ਸਾਲ ਹੋ ਗਏ ਹੋਏਗੇ ਵੇਚ ਸਮਾਨ, ਔਰ ਮੈਂ ਗੌਰਮੈਂਟ ਹਾਈ ਸਕੂਲ ਰੈਣਕ ਬਾਜ਼ਾਰ ਮੈਂ ਪੜ੍ਹਤਾ ਹੂੰ 9th ਕਲਾਸ ਮੈਂ। ਤੋ ਇਹ ਸਮਾਨ ਮੈਂ ਵੇਚਤਾ ਹੂੰ। ਪਾਪਾ ਕੀ ਨਾ ਜਿਸ ਤਰ੍ਹਾਂ ਹੈਲਥ ਸਹੀ ਨਹੀਂ ਰਹਿਤੀ ਔਰ ਘਰ ਮੈਂ ਫਾਈਨੈਂਸ਼ਲੀ ਪ੍ਰੋਬਲਮ ਹੋਤੀ ਹੈ, ਤੋ ਇਸੀ ਲਈ ਸਮਾਨ ਸੇਲ ਕਰਦੇ ਹੋ। ਤੋ ਅਭੀ ਤੋ ਦੀਵਾਲੀ ਕਾ ਸੀਜ਼ਨ ਚੱਲਾ ਹੈ, ਇਸੀ ਲਈ ਕੈਂਡਲ ਸੇਲ ਕਰ ਰਹੇ ਹੈ, ਆਗੇ ਪਿੱਛੇ ਪੈਨ ਸੇਲ ਕਰਦੇ। ਹਾਂਜੀ, ਕਿਤਨੇ ਭਾਈ ਬਹਿਣ ਹੋ ਆਪ, ਪੜ੍ਹਾਈ ਕੈਸੇ ਚਲਤੀ ਹੈ, ਕਿਆ ਪੋਜੀਸ਼ਨ ਰਹਤੀ ਹੈ ਸਕੂਲ ਮੇਂ? ਹਮ 3 ਬਹਿਣ ਭਾਈ ਹੈ ਔਰ ਮੇਰਾ ਹਮ ਜਿਸ ਤਰ੍ਹਾਂ ਫਸਟ ਸੈਕਿੰਡ ਆਤੀ ਹੈ ਸਭ ਬਹਿਣ ਭਾਈ, ਔਰ ਪਾਪਾ ਕੀ ਤਬੀਅਤ ਤੋ ਸਹੀ ਰਹਤੀ ਨਹੀਂ, ਇਸੀ ਲਈ ਘਰ ਕਾ ਖਰਚਾ ਇਸੀ ਸੇ ਕਰਤੇ ਹੈ ਔਰ ਮੰਮੀ ਵੀ ਟਿਫਨ ਵਗੈਰਾ ਸਪਲਾਈ ਕਰਤੇ ਹੈ। ਮਿਲੇ ਥੇ ਤੋ ਉਹਨੇ ਕਹਾ ਮੈਂ ਪੈਸੇ ਲੈ ਲਓ ਮੇਰੇ ਸੇ, ਮੈਨੇ ਮਨਾ ਕਰ ਦਿਆ ਥਾ। ਤੋ ਉਹਨੇ ਕਹਾ ਤੋ ਪੜ੍ਹਤੇ ਹੋ? ਮੈਨੇ ਕਹਾ ਹਾਂਜੀ। ਤੋ ਉਹਨੇ ਨਾ ਹਮੇ ਜਿਸ ਤਰ੍ਹਾਂ ਕਿ ਕਿਤਾਬੇ ਵਗੈਰਾ ਦਿਲਾਈ, ਰੀਮਾ ਦੀਦੀ ਹੈ ਉਨ੍ਹਾਂ ਦਾ ਨਾਮ, ਔਰ ਉਹ ਬਹੁਤ ਅੱਛੇ ਹੈ, ਅਭੀ ਵੀ ਮਤਲਬ ਹੈਲਪ ਕਰ ਦਿੱਤੇ, ਹੈਲਪ ਕਰਤੇ ਹੈ, ਫੀਸ ਅਨਸ ਕੀ ਵੋਹੀ ਦਿੱਤੇ ਹੈ ਛੋਟੇ ਬ੍ਰਦਰ ਕੇ ਮੇਰੇ, ਔਰ ਕਿਸੀ ਵੀ ਚੀਜ਼ ਕੇ ਲਈ ਜਿਸ ਤਰ੍ਹਾਂ ਟਿਊਸ਼ਨ ਕੰਪਿਊਟਰ ਕਲਾਸਿਸ ਸਭ ਕੇ ਲਈ ਵੋਹੀ ਦਿੱਤੇ ਹੈ, ਫਰੀ ਆਫ ਕੋਸਟ ਕਰਵਾਤੇ ਹੈ। ਮੇਰਾ ਨਾਮ ਅਨਸ ਅਲੀ ਹੈ, ਮੈਂ 6th ਕਲਾਸ ਮੈਂ ਪੜ੍ਹਤਾ ਹੂੰ ਵਿਜੇ ਮਾਡਲ ਸਕੂਲ ਮੈਂ। ਜਬ ਸਾਰੇ ਬੱਚੇ ਖੇਲਨੇ ਜਾਤੇ ਹੈ ਸ਼ਾਮ ਕੋ, ਤੋ ਮੈਂ ਨਾ ਆਪਣੇ ਭਾਈ ਕੇ ਸਾਥ ਆ ਕੇ ਯਹਾਂ ਪਰ ਪੈਨ ਸੇਲ ਕਰਤਾ ਹੂੰ, ਔਰ ਜਬ ਮਤਲਬ ਹਮਾਰੇ ਪਾਸ ਕੋਈ ਗ੍ਰਾਹਕ ਨਹੀਂ ਹੋਤਾ ਤੋ ਮੇਰਾ ਭਾਈ ਮੇਰੇ ਕੋ ਪੜ੍ਹਾ ਦੇਤਾ ਹੈ। ਕੌਨ ਸੀ ਪੋਜੀਸ਼ਨ ਆਤੀ ਹੈ ਕਲਾਸ ਕੇ ਅੰਦਰ ਔਰ ਪੜ੍ਹਾਈ ਮੈਂ ਕੈਸੇ ਹੋ? ਪੜ੍ਹਾਈ ਮੈਂ ਬਹੁਤ ਅੱਛਾ ਹੂੰ, ਫਸਟ ਆਤਾ ਹੂੰ। ਇਸ ਵਾਰ ਜਬ ਪੇਪਰ ਹੋਏ ਥੇ ਨਾ 6th ਕਲਾਸ ਕੇ, ਤੋ ਉਸਮੇ ਮੈਂ ਫਸਟ ਆਇਆ ਥਾ। ਅਭੀ ਜੋ ਯੇ ਮੋਮਬੱਤੀਆਂ ਭੇਜ ਰਹੇ ਹੋ, ਕਿਤਨੇ ਲੋਗ ਆਤੇ ਹੈਂ ਆਪਕੇ ਪਾਸ, ਆਪਕੋ ਲੋਗ ਪੁੱਛਤੇ ਹੈ ਕਿ ਆਪ ਪੜ੍ਹਤੇ ਵੀ ਹੋ, ਤੋ ਕਿਤਨੇ ਲੋਗ ਆਪਕੀ ਹੈਲਪ ਕਰਤੇ ਹੈਂ? ਅਸੀਂ ਵੈਸੇ ਇੱਕ ਦੀਦੀ ਥੇ, ਉਨਕਾ ਨਾਮ ਰੀਮਾ ਦੀਦੀ ਹੈ, ਉਹ ਹਮਾਰੇ ਸੇ ਬਹੁਤ ਬਹੁਤ ਅੱਛੀ ਦੀਦੀ ਹੈ, ਮੈਂ ਉਹ ਪਹਿਲੇ ਸੇ ਹਮਾਰੀ ਹੈਲਪ ਕਰ ਰਹੀ ਹੈ। ਆਗੇ ਜਾ ਕੇ ਕਿਆ ਬਣਨਾ ਚਾਹਤੇ ਹੋ? ਮੈਂ ਕੰਪਿਊਟਰ ਸੌਫਟ ਇੰਜੀਨੀਅਰ ਬਣਨਾ ਚਾਹਤਾ ਹੂੰ। ਅਭੀ ਅਗਰ ਬਾਤ ਕਰੇ ਤੋ ਕਿਤਨੇ ਪੈਸੇ ਇਸਸੇ ਕਮਾ ਲੇਤੇ ਹੋ, ਕਿਉਂਕਿ ਫਾਦਰ ਤੋ ਆਪਕੇ ਭਾਈ ਨੇ ਬਤਾਇਆ ਕਿ ਠੀਕ ਨਹੀਂ ਰਹਤੇ, ਮਦਰ ਵੀ ਘਰ ਕਾ ਕਾਮ ਕਰਤੀ ਹੈ, ਤੋ ਇਸਸੇ ਕਿਤਨੇ ਪੈਸੇ ਕਮਾ ਲੇਤੇ ਹੋ, ਕੋਈ ਗੁਜ਼ਾਰਾ ਹੋ ਜਾਏ? ਸੇਲ ਹੋ ਜਾਤਾ ਹੈ ਤੋ ਨਾ ਕਰ ਲੇਤੇ ਹਮ। ਇਹਨਾਂ ਬੱਚਿਆਂ ਕੋਲੋਂ ਜਿਹੜੀਆਂ ਕੈਂਡਲਸ ਵਗੈਰਾ ਲਈਆਂ ਨੇ, ਹਾਂਜੀ, ਸਰ ਅਸੀਂ ਨਾ ਇੱਥੋਂ ਸ਼ੋਪਿੰਗ ਕਰਨ ਨਿਕਲ ਰਹੇ ਸੀ ਅਤੇ ਅਸੀਂ ਆਮ ਵੀ ਸ਼ੋਪਿੰਗ ਕਰਨ ਜਾਣੀ ਸੀ, ਅਤੇ ਬੱਚਿਆਂ ਨੇ ਦੇਖਿਆ ਕਿ ਇਹ ਨਾਲ ਨਾਲ ਪੜ੍ਹਾਈ ਵੀ ਕਰਦੇ ਆ ਅਤੇ ਨਾਲ ਕੰਮ ਵੀ ਕਰਦੇ ਆ, ਇਸੇ ਕਿਹਾ ਵੀ ਇਹਨਾਂ ਕੋਲ ਖਰੀਦ ਲੈਂਦੇ ਹਾਂ, ਵਧੀਆ ਲੱਗਿਆ ਮਤਲਬ ਕਿ ਜਿਹੜੇ ਨਾਲ ਨਾਲ ਪੜ੍ਹਦੇ ਵੀ ਇਹ ਅਤੇ ਨਾਲ ਨਾਲ ਜੋਬ ਵੀ ਕਰਦੇ ਨੇ, ਫਿਰ ਇੱਥੋਂ ਪਤਾ ਲੱਗਾ ਕਿ ਇਹਨਾਂ ਨਾਲ ਗੱਲਬਾਤ ਕਰਕੇ ਕਿ ਇਹਨਾਂ ਦੇ ਫਾਦਰ ਠੀਕ ਨਹੀਂ ਰਹਿੰਦੇ, ਥੋੜ੍ਹੀ ਮੈਂਟਲੀ ਅਪਸੈਟ ਹੈਗੇ ਨੇ, ਮੈਡੀਸਿਨ ਵੀ ਇੰਨਾ ਹੀ ਚੱਲਦੀ ਹੈ ਇੱਥੋਂ, ਇਸ ਕਰਕੇ ਫਿਰ ਅੱਜ ਤੋਂ 2 ਸਾਲ ਪਹਿਲਾਂ ਜਦੋਂ ਅਸੀਂ ਇੱਥੋਂ ਗੁਜ਼ਰ ਰਹੇ ਸੀਗੇ, ਅਸੀਂ ਇਹਨਾਂ ਬੱਚਿਆਂ ਨੂੰ ਦੇਖਿਆ ਕਿ ਇਹ ਖਿਡੌਣੇ ਵੇਚ ਰਹੇ ਆ,
ਅਸੀਂ ਇਹਨਾਂ ਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਨੇ ਨਹੀਂ ਲਏ, ਇਹਨਾਂ ਨੇ ਸਾਫ਼ ਮਨਾ ਕਰ ਦਿੱਤਾ, ਕਹਿੰਦੇ ਕਿ ਨਹੀਂ ਤੁਸੀਂ ਸਾਡੇ ਕੋਲ ਖਿਲੌਣੇ ਖਰੀਦੋ, ਉਹਦੇ ਬਦਲੇ ਜਿੰਨੇ ਪੈਸੇ ਬਣਦੇ ਆ ਓਨੇ ਦਿਓ। ਸਾਨੂੰ ਬੜਾ ਅੱਛਾ ਲੱਗਾ, ਅਸੀਂ ਇਹਨਾਂ ਦੇ ਘਰ ਤੱਕ ਵੀ ਗਏ ਔਰ ਵਧੀਆ ਲੱਗਦਾ ਜਦੋਂ ਇਹੋ ਜਿਹੇ ਬੱਚੇ ਆਪਣੇ ਪੈਰਾਂ 'ਤੇ ਖੜ੍ਹੇ ਹੁੰਦੇ ਆ। ਉਸ ਤੋਂ ਬਾਅਦ ਸਾਡੀ ਐਨ ਜੀ ਓ ਨੇ ਇਹਨਾਂ ਨੂੰ ਅਡੋਪਟ ਕਰ ਲਿਆ ਔਰ ਇਹਨਾਂ ਨੂੰ ਰੈਗੂਲਰ ਅਸੀਂ ਇਹਨਾਂ ਦੇ ਇਨ ਟੱਚ ਹਾਂ, ਜਿੱਥੇ ਇਹਨਾਂ ਨੂੰ ਲੋੜ ਪੈਂਦੀ ਹੈ ਕਰਦੇ ਹਾਂ। ਰਹੀ ਗੱਲ ਇਹਨਾਂ ਦੇ ਇਸ ਤਰ੍ਹਾਂ ਕਮਾਉਣ ਦੀ ਤਾਂ ਵੱਡੇ ਵੱਡੇ ਲੀਡਰਸ APJ ਅਬਦੁਲ ਕਲਾਮ ਸਾਹਿਬ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਨੇ, ਮਿਸਾਈਲ ਮੈਨ ਰਹੇ ਨੇ, ਸਾਇੰਟਿਸਟ ਰਹੇ ਨੇ, ਉਹਨਾਂ ਨੇ ਵੀ ਆਪਣਾ ਕਰੀਅਰ ਬਚਪਨ ਦੇ ਵਿੱਚ ਉਹਨਾਂ ਨੇ ਅਖਬਾਰਾਂ ਵੇਚੀਆਂ ਸੀ, ਫਿਰ ਉਹਨਾਂ ਨੇ ਇੱਥੋਂ ਤੱਕ ਦਾ ਸਫ਼ਰ ਤੈਅ ਕੀਤਾ ਸੀ। ਸੋ ਮਿਹਨਤ ਕਰਨਾ ਕੋਈ ਬੁਰੀ ਗੱਲ ਨਹੀਂ ਹੈ, ਚੁਰਸਤੇ 'ਚ ਖੜ੍ਹੇ ਹੋ ਕੇ ਭੀਖ ਮੰਗਣ ਨਾਲੋਂ ਕਿਤੇ ਬਿਹਤਰ ਹੈ ਤੁਸੀਂ ਆਪਣੇ ਪੈਰਾਂ 'ਤੇ ਖੜ੍ਹੇ ਹੋ, ਆਤਮ ਨਿਰਭਰ ਹੋ ਔਰ ਉਸ ਦੇ ਨਾਲ ਤੁਸੀਂ ਅੱਗੇ ਦੂਜਿਆਂ ਵਾਸਤੇ ਵੀ ਇੱਕ ਮਿਸਾਲ ਕਾਇਮ ਕਰ ਰਹੇ ਹੋ। ਇਸੇ ਕਰਕੇ ਸਾਡੀ ਐਨ ਜੀ ਓ ਨੇ ਇਹਨਾਂ ਨੂੰ ਅਡੋਪਟ ਕੀਤਾ। ਸਮਾਜ ਨੂੰ ਵੀ ਇਹਨਾਂ ਤੋਂ ਸੇਧ ਲੈਣ ਦੀ ਲੋੜ ਹੈ ਕਿ ਆਪਣੇ ਪੈਰਾਂ 'ਤੇ ਖੜ੍ਹੇ ਹੋ, ਭੀਖ ਮੰਗਣਾ ਇੱਕ ਕਾਨੂੰਨੀ ਅਪਰਾਧ ਵੀ ਹੈ, ਸੋ ਉਹਨੂੰ ਇਨਕਰੇਜ ਬਿਲਕੁਲ ਨਾ ਕਰੋ, ਅੱਗੇ ਵਧੋ ਔਰ ਦੂਜਿਆਂ ਨੂੰ ਨਾਲ ਲੈ ਕੇ ਵਧੋ। ਧੰਨਵਾਦ।